Good morning bache, today we will start our second chapter of Punjabi. Tin swal means three questions. Is which writer apan nu ki samjhana chahunda hai ki je tusi koi kam shuru karna aave ta shuru karan layi sab to changa sama kehda hai, tusi kise kam layi kise vyakti di salah lende ho te kyon. Means tin question, tin swal kahani vich tin swal ehi han ਕਿ ਸ਼ੁਰੂ ਕਰਨ ਲਈ ਸਮਾਂ ਕਿਹੜਾ ਹੈ, ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਸਮਾਂ ਕਿਹੜਾ ਚੰਗਾ ਹੈ, ਕਿਹੜਾ ਵਿਅਕਤੀ ਸਭ ਤੋਂ ਮਹੱਤਵਪੂਰਨ ਹੈ ਅਤੇ ਕਿਹੜਾ ਕੰਮ ਸਭ ਤੋਂ ਮਹੱਤਵਪੂਰਨ ਹੈ. ਓਕੇ ਬੱਚੇ, ਨਾਓ ਵੀ ਵਿਲ ਰੀਡ ਦਿਸ ਚੈਪਟਰ. ਸੀ ਹੇਅਰ, ਇੱਕ ਰਾਜਾ ਸੀ, ਉਸ ਨੂੰ ਆਪਣੇ ਰਾਜ ਪ੍ਰਬੰਧ ਨੂੰ ਚੰਗਾ ਕਰਨ ਦਾ ਫਿਕਰ ਰਹਿੰਦਾ ਸੀ. ਫਿਕਰ ਮੀਨਸ ਚਿੰਤਾ. ਇੱਕ ਦਿਨ ਉਸਨੇ ਸੋਚਿਆ, ਜੇ ਮੈਨੂੰ ਮੇਰੇ ਤਿੰਨ ਸਵਾਲਾਂ ਦੇ ਜਵਾਬ ਮਿਲ ਜਾਣ ਤਾਂ ਮੈਂ ਰਾਜ ਪ੍ਰਬੰਧ ਵਿੱਚ ਕਦੇ ਗਲਤੀ ਨਾ ਕਰਾਂ. ਉਹ ਸਵਾਲ ਇਹ ਸਨ, ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ, ਕਿਹੜੇ ਆਦਮੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਹੜੇ ਆਦਮੀਆਂ ਦੀ ਨਹੀਂ, ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ. ਕਲੀਅਰ. ਰਾਜੇ ਨੇ ਡੋਂਡੀ ਪਿਟਵਾ ਦਿੱਤੀ. ਡੋਂਡੀ ਪਿਟਵਾਉਣ ਦਾ ਮਤਲਬ ਹੈ ਕਿ ਸ਼ਹਿਰ ਵਿੱਚ ਜਾਂ ਆਪਣੇ ਰਾਜ ਵਿੱਚ ਬੁਨਿਆਦੀ ਕਰਵਾਉਣਾ, ਕਿ ਜਿਹੜਾ ਵਿਅਕਤੀ ਉਸਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਦੇਵੇਗਾ ਉਸ ਨੂੰ ਉਹ ਧਨ ਪਦਾਰਥ ਨਾਲ ਮਾਲਾਮਾਲ ਕਰ ਦੇਵੇਗਾ. ਇਸ ਤਰ੍ਹਾਂ 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 ਦੇ ਸਿਆਣੇ ਪੁਰਸ਼ ਡੋਂਡੀ ਸੁਣ ਕੇ ਰਾਜੇ ਪਾਸ ਆਏ ਅਤੇ ਅੱਡ ਅੱਡ ਜਵਾਬ ਦੇਣ ਲੱਗੇ. ਪਹਿਲੇ ਸਵਾਲ ਦੇ ਉੱਤਰ ਵਿੱਚ ਕਿਸੇ ਨੇ ਆਖਿਆ, ਵੇਲੇ ਦੀ ਵੰਡ ਅਨੁਸਾਰ ਕੰਮ ਮੌਕੇ ਸਿਰ ਕਰ ਲੈਣਾ ਚਾਹੀਦਾ ਹੈ, ਕਿ ਸਮੇਂ ਨੂੰ ਵੰਡ ਲਓ ਕਿ ਸਵੇਰ ਵੇਲੇ ਆਪਾਂ ਨੂੰ ਜ਼ਰੂਰੀ ਕੰਮ ਕਿਹੜਾ ਹੈ, ਜੇ ਸ਼ਾਮ ਵੇਲੇ ਜਾਂ ਦੁਪਹਿਰ ਵੇਲੇ. ਕਿਸੇ ਨੇ ਆਖਿਆ, ਹਮੇਸ਼ਾ ਕੰਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ, ਆਪੇ ਠੀਕ ਸਮੇਂ ਦਾ ਪਤਾ ਲੱਗ ਜਾਵੇਗਾ. ਕਿਸੇ ਆਖਿਆ ਕਿ ਸਿਆਣੇ ਆਦਮੀਆਂ ਦੀ ਇੱਕ ਕੌਂਸਲ ਹੋਣੀ ਚਾਹੀਦੀ ਹੈ. ਕੌਂਸਲ ਮਤਲਬ ਇੱਕ ਸਭਾ, ਇੱਕ ਉਹਨਾਂ ਦੀ ਪੰਚਾਇਤ ਜਿਹੜੀ ਰਾਜੇ ਨੂੰ ਦੱਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ. ਇਹਨਾਂ ਜਵਾਬਾਂ 'ਤੇ ਕੁਝ ਹੋਰ ਸਿਆਣਿਆਂ ਨੇ ਇਤਰਾਜ਼ ਕੀਤੇ. ਮੀਨਸ ਭਾਵ ਉਹਨਾਂ ਨੂੰ ਇਹ ਚੰਗੇ ਨਹੀਂ ਲੱਗੇ ਇਤਰਾਜ਼, ਮਤਲਬ ਉਸ ਨੂੰ ਉਹਨਾਂ ਨੂੰ ਪਸੰਦ ਨਹੀਂ ਆਈ. ਕਿਸੇ ਆਖਿਆ, ਹਰ ਵਕਤ ਕੌਂਸਲ ਕਿਵੇਂ ਬੁਲਾਈ ਜਾ ਸਕਦੀ ਹੈ, ਕਿ ਹਰ ਵਕਤ ਕਿਸੇ ਵੀ ਮੀਟਿੰਗ ਕਿਸੇ ਵੀ ਸਭਾ ਨੂੰ ਬੁਲਾਉਣਾ ਸਹੀ ਨਹੀਂ ਹੈ. ਕਿਸੇ ਆਖਿਆ, ਰਾਜੇ ਨੂੰ ਚੰਗੇ ਚੰਗੇ ਜੋਤਸ਼ੀ ਰੱਖਣੇ ਚਾਹੀਦੇ ਹਨ, ਜਿਹੜੇ ਭਵਿੱਖ ਦੀਆਂ ਗੱਲਾਂ ਦੱਸ ਦੇਣ, ਭਵਿੱਖ ਦੀਆਂ ਭਾਵ ਫਿਊਚਰ, ਕਿ ਉਹ ਭਵਿੱਖਬਾਣੀ ਕਰਦੇ ਹਨ ਅਤੇ ਰਾਜਾ ਹਰ ਇੱਕ ਗੱਲ ਲਈ ਪਹਿਲੋਂ ਤਿਆਰ ਰਿਹਾ ਕਰੇ, ਭਾਵ ਕੋਈ ਵੀ ਮੁਸੀਬਤ ਕੋਈ ਵੀ ਸੁੱਖ ਦੁੱਖ ਆਉਣ ਲਈ ਰਾਜਾ ਤਿਆਰ ਰਹੇ. ਬਾਕੀ ਸਵਾਲਾਂ ਦੇ ਜਵਾਬ ਵੀ ਇਸੇ ਤਰ੍ਹਾਂ ਆਏ. ਕਿਸੇ ਨੇ ਆਖਿਆ, ਰਾਜੇ ਨੂੰ ਵਜ਼ੀਰਾਂ ਦੀ ਗੱਲ ਸੁਣਨੀ ਚਾਹੀਦੀ ਹੈ. ਮੀਨਸ ਪਿੱਛੇ ਆਪਾਂ ਪੜ੍ਹਿਆ ਨਾ ਕਿ ਕਿਹਦੀ ਗੱਲ ਸੁਣਨੀ ਚਾਹੀਦੀ ਹੈ, ਉਹਦੇ ਆਂਸਰ ਵਿੱਚ ਹੈ ਕਿ ਰਾਜੇ ਨੂੰ ਵਜ਼ੀਰਾਂ ਦੀ ਗੱਲ ਸੁਣਨੀ ਚਾਹੀਦੀ ਹੈ. ਕੋਈ ਕਹਿੰਦਾ ਹੈ ਕਿ ਫੌਜ ਅਤੇ ਜਰਨੈਲਾਂ ਨਾਲ ਮਸ਼ਵਰਾ, ਅਤੇ ਸਭ ਤੋਂ ਜ਼ਰੂਰੀ ਕੰਮ ਕੀ ਦੱਸਿਆ ਹੈ, ਕਿਸੇ ਨੇ ਸਾਇੰਸ ਨੂੰ ਦੱਸਿਆ, ਕਿਸੇ ਨੇ ਸੂਖਮ ਕਲਾ, ਕਿਸੇ ਨੇ ਯੁੱਧ ਅਤੇ ਕਿਸੇ ਨੇ ਭਗਤੀ. ਜਵਾਬ ਅਜਿਹੇ ਭਾਂਤ ਭਾਂਤ ਦੇ ਸਨ ਕਿ ਰਾਜੇ ਦੀ ਕਿਸੇ ਨਾਲ ਵੀ ਤਸੱਲੀ ਨਾ ਹੋਈ, ਭਾਵ ਉਹਨੂੰ ਸੈਟਿਸਫੈਕਸ਼ਨ ਨਹੀਂ ਹੋਇਆ. ਉਸਨੇ ਠੀਕ ਜਵਾਬ ਦੇਣ ਲਈ ਇਨਾਮ ਕਿਸੇ ਨੂੰ ਵੀ ਨਾ ਦਿੱਤੇ, ਕਿਉਂਕਿ ਉਸਨੇ ਕਿਹਾ ਸੀ ਕਿ ਜੋ ਸਹੀ ਜਵਾਬ ਦੇਗਾ ਉਸਨੂੰ ਇਨਾਮ ਦਿੱਤੇ ਜਾਣਗੇ. ਪਰ ਰਾਜਾ ਸੰਤੁਸ਼ਟ ਨਹੀਂ ਸੀ. ਇੰਨੇ ਨੂੰ ਪਤਾ ਲੱਗਾ ਕਿ ਜੰਗਲ ਵਿੱਚ ਇੱਕ ਸਿਆਣਾ ਤਪੀਸ਼ਰ ਰਹਿੰਦਾ ਹੈ. ਤਪੀਸ਼ਰ ਭਾਵ ਇੱਕ ਤਪੱਸਵੀ ਜੋ ਕਿ ਤਪੱਸਿਆ ਕਰਦਾ ਹੈ. ਰਾਜੇ ਨੇ ਆਖਿਆ, ਚਲੋ ਉਸ ਤੋਂ ਜਵਾਬ ਪੁੱਛੀਏ. ਤਪੀਸ਼ਰ ਆਪਣੀ ਕੁਟੀਆ ਛੱਡ ਕੇ ਬਾਹਰ ਨਹੀਂ ਜਾਂਦਾ ਸੀ ਅਤੇ ਨਾ ਹੀ ਉਹ ਆਮ ਆਦਮੀਆਂ ਤੋਂ ਬਿਨਾਂ ਕਿਸੇ ਨਾਲ ਗੱਲਬਾਤ ਕਰਦਾ ਸੀ. ਇਸ ਵਾਸਤੇ ਰਾਜੇ ਨੇ ਭੇਸ ਬਦਲਿਆ, ਮਾਮੂਲੀ ਲੋਕਾਂ ਵਾਲੇ ਕੱਪੜੇ ਪਾਏ ਅਤੇ ਆਪਣੇ ਸੇਵਾਦਾਰ ਜੰਗਲ ਦੇ ਬਾਹਰ ਛੱਡ ਕੇ ਆਪ ਕੁਟੀਆ ਵੱਲ ਇਕੱਲਾ ਚਲਾ ਗਿਆ, ਕਿਉਂਕਿ ਉੱਪਰ ਦੱਸਿਆ ਗਿਆ ਨਾ ਕਿ ਉਹ ਸਿਰਫ ਔਰ ਸਿਰਫ ਸਧਾਰਨ ਲੋਕਾਂ ਨੂੰ, ਆਮ ਆਦਮੀਆਂ ਨੂੰ ਮਿਲਦਾ ਸੀ, ਅਤੇ ਇਸ ਕਰਕੇ ਰਾਜਾ ਵੀ ਉਹਦੇ ਕੋਲ ਇੱਕ ਸਧਾਰਨ ਇਨਸਾਨ ਬਣ ਕੇ ਗਿਆ. ਜਦ ਰਾਜਾ ਆਇਆ ਤਾਂ ਤਪੀਸ਼ਰ ਆਪਣੀ ਕੁਟੀਆ ਦੇ ਸਾਹਮਣੇ ਇੱਕ ਕਿਆਰੀ ਪੁੱਟ ਰਿਹਾ ਸੀ. ਰਾਜੇ ਨੂੰ ਆਸ਼ੀਰਵਾਦ ਦੇ ਕੇ ਉਹ ਆਪਣੇ ਕੰਮ ਵਿੱਚ ਹੀ ਰੁੱਝਿਆ ਰਿਹਾ. ਰੁੱਝਾ ਮਤਲਬ ਬਿਜ਼ੀ, ਵਿਅਸਤ. ਤਪੀਸ਼ਰ ਦਾ ਸਰੀਰ ਕਮਜ਼ੋਰ ਸੀ, ਕਹੀ ਮਾਰਦਿਆਂ ਅਤੇ ਮਿੱਟੀ ਪੁੱਟਦੇ ਉਸਨੂੰ ਸਾਹ ਚੜ ਗਿਆ. ਕਹੀ ਦਾ ਮਤਲਬ ਪਤਾ ਹੈ ਬੇਟਾ ਕਿ ਮਿੱਟੀ ਨੂੰ ਪੁੱਟਣ ਵਾਲਾ ਇੱਕ ਸੰਦ. ਰਾਜੇ ਨੇ ਕੋਲ ਜਾ ਕੇ ਆਖਿਆ, ਤਪੀਸ਼ਰ ਜੀ, ਮੈਂ ਤਿੰਨ ਸਵਾਲ ਪੁੱਛਣ ਆਇਆ ਹਾਂ. ਪਹਿਲਾ ਹੈ, ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਦੂਜਾ ਹੈ, ਕਿਹੜੇ ਆਦਮੀਆਂ ਦੀ ਗੱਲ ਸੁਣਨੀ ਚਾਹੀਦੀ ਹੈ
ਅਤੇ ਕਿਹੜੇ ਆਦਮੀਆਂ ਦੀ ਨਹੀਂ, ਅਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਇਸ ਤਰ੍ਹਾਂ ਰਾਜੇ ਨੇ ਆਪਣੇ ਤਿੰਨ ਸਵਾਲ ਉਸ ਤਪੀਸ਼ਰ ਦੇ ਅੱਗੇ ਰੱਖੇ। ਤਪੀਸ਼ਰ ਨੇ ਸਵਾਲ ਸੁਣ ਕੇ ਕੋਈ ਜਵਾਬ ਨਾ ਦਿੱਤਾ। ਆਪਣੇ ਹੱਥਾਂ 'ਤੇ ਥੁੱਕ ਲਾ ਕੇ ਉਸਨੇ ਫਿਰ ਕਹੀ ਫੜ ਲਈ ਅਤੇ ਥਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਦੇ ਹੱਥ ਬਹੁਤ ਉਹਨੂੰ ਦੁੱਖ ਰਹੇ ਸਨ। ਰਾਜੇ ਨੇ ਆਖਿਆ, ਤਪੀਸ਼ਰ ਜੀ ਤੁਸੀਂ ਥੱਕ ਗਏ ਹੋ, ਕਹੀ ਮੈਨੂੰ ਦੇ ਦਿਓ, ਮੈਂ ਕਿਆਰੀ ਪੁੱਟ ਦਿਆਂ। ਤਪੀਸ਼ਰ ਨੇ ਮਿਹਰਬਾਨੀ ਆਖ ਕੇ ਕਹੀ ਫੜਾ ਦਿੱਤੀ ਅਤੇ ਜ਼ਮੀਨ 'ਤੇ ਬੈਠ ਗਿਆ। ਰਾਜੇ ਨੇ ਕੁਝ ਚਿਰ ਕੰਮ ਕਰਕੇ ਫਿਰ ਉਹੀ ਸਵਾਲ ਪੁੱਛੇ, ਪਰ ਤਪੀਸ਼ਰ ਉਵੇਂ ਚੁੱਪ ਰਿਹਾ। ਉਸ ਕੋਲੋਂ ਕਹੀ ਫੜ ਕੇ ਆਖਿਆ, ਤੁਸੀਂ ਥੱਕ ਗਏ ਹੋ, ਲਿਆਓ ਹੁਣ ਮੈਂ ਕੰਮ ਕਰਾਂ। ਰਾਜੇ ਨੇ ਕਹੀ ਹੱਥੋਂ ਨਾ ਛੱਡੀ ਅਤੇ ਕਿਆਰੀ ਪੁੱਟਦਾ ਰਿਹਾ। 2 ਘੰਟੇ ਲੰਘ ਗਏ, ਸੂਰਜ ਛਿਪਣ ਲੱਗਾ ਅਤੇ ਰਾਜੇ ਨੇ ਕਹੀ ਰੱਖ ਕੇ ਫਿਰ ਪੁੱਛਿਆ, ਤਪੀਸ਼ਰ ਜੀ ਮੈਂ ਤੁਹਾਡੇ ਪਾਸ ਆਪਣੇ ਪ੍ਰਸ਼ਨਾਂ ਦੇ ਉੱਤਰ ਲੈਣ ਆਇਆ ਹਾਂ, ਜੇ ਤੁਸੀਂ ਜਵਾਬ ਨਹੀਂ ਦੇਣਾ ਤਾਂ ਦੱਸੋ ਮੈਂ ਘਰ ਮੁੜ ਜਾਵਾਂ। ਤਪੀਸ਼ਰ ਬੋਲਿਆ, ਉਹ ਵੇਖ ਕੋਈ ਆਦਮੀ ਦੌੜਿਆ ਆਉਂਦਾ, ਵੇਖੇ ਇਸ ਵਿਚਾਰੇ 'ਤੇ ਕੀ ਬਿਪਤਾ ਪਈ ਹੈ। ਬਿਪਤਾ ਭਾਵ ਮੁਸੀਬਤ। ਓਕੇ।